ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਸਾਰੇ ਆਪਣੇ ਪੰਜਾਬ ਵਾਸੀਆਂ ਨੂੰ, ਵੀਰਾਂ ਨੂੰ, ਕਿਉਂਕਿ ਜਿਨ੍ਹਾਂ ਨੇ ਆਸ਼ੀਰਵਾਦ ਸਦਕਾ ਦਾ, ਜਿਨ੍ਹਾਂ ਦੀ ਮੈਨੂੰ ਦੀ ਡੈਜੀਨੇਟਡ ਆਫਿਸਰ ਫੂਡ ਸੇਫਟੀ ਜਾਂ DHO ਫੂਡ ਸੇਫਟੀ 'ਤੇ ਕੰਮ ਕਰਨ ਦਾ, ਸੇਵਾ ਕਰਨ ਦਾ ਅਵਸਰ ਮਿਲਿਆ, ਔਰ ਉਹਦੇ ਬਦਲੇ 'ਚ ਜਿੰਨਾ ਪਿਆਰ ਮਿਲਿਆ ਉਹਦੀ ਤਾਂ ਕੋਈ ਕੀਮਤ ਹੀ ਨਹੀਂ ਹੈਗੀ। ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ, ਜਿਹੜਾ ਇਸ ਪੀਰੀਅਡ ਵਿੱਚ ਇੱਦਾਂ ਮੈਨੂੰ ਲੱਗਦਾ ਸੀ ਵੀ ਜਿੱਦਾਂ ਫੂਡ ਸੇਫਟੀ 'ਤੇ ਆਪਾਂ ਕੰਮ ਕਰਦੇ ਹਾਂ ਅਤੇ ਜਿਹੜੀ ਇੰਨੀ ਸਾਰੇ ਇੰਪਲੋਈਜ਼ ਕੰਮ ਕਰਦੇ ਆ, ਇੰਨਾ ਇਨਫਰਾਸਟ੍ਰਕਚਰ ਹੈ, ਫੂਡ ਸੇਫਟੀ ਲੈਬ ਵੀ ਹੈ ਅਤੇ ਉੱਥੇ ਵੀ ਸਟਾਫ ਆ ਜਿਹੜਾ, ਇੰਨਾ ਫਾਈਨਾਂਸ ਦਾ ਵੀ ਜਿਹੜਾ ਸਰਕਾਰ ਦਾ ਐਕਸਪੈਂਡੀਚਰ ਹੈ, ਅਤੇ ਮੈਂ ਜੋ ਖੁਦ ਮਹਿਸੂਸ ਕੀਤਾ ਵੀ ਜਿਹੜਾ ਫੂਡ ਸੇਫਟੀ ਦਾ ਸਟੈਂਡਰਡ ਹੈ ਉਹ ਕਿਉਂ ਨਹੀਂ ਇੰਪਰੂਵ ਹੁੰਦਾ, ਮੇਰੀ ਚਿੰਤਾ ਦਾ ਵਿਸ਼ਾ ਸੀ ਇਹ ਵੀ ਜਦੋਂ ਲੱਗਦਾ ਹੈ ਵੀ ਤੁਹਾਡੀ ਇਨਪੁੱਟ ਕਿਸੇ ਚੀਜ਼ 'ਤੇ ਹੁੰਦੀ ਹੈ ਇੰਨੀ ਜ਼ਿਆਦਾ, ਅਤੇ ਬੰਦਾ ਆਊਟਪੁੱਟ ਵੀ ਤਾਂ ਬਦਲ ਕਰ, ਤੁਹਾਡਾ ਬੱਚਾ ਹੀ ਪੜ੍ਹਦਾ ਵੇਖ ਲਾ, ਕਿਤੇ 2 ਘੰਟੇ ਬੁੱਕ ਲੈ ਕੇ ਬੈਠਾ ਰਹੇ ਤਾਂ ਆਪਾਂ ਦੇਖਦੇ ਹਾਂ ਵੀ ਇਹਨੇ 2 ਘੰਟੇ 'ਚ ਗ੍ਰੈਸਪ ਕੀ ਕੀਤਾ ਹੈ, ਇਹਦੇ ਇਹਨੇ ਪੜ੍ਹਿਆ ਕੀ ਹੈ। ਸੋ ਇੰਨਾ ਲੰਬਾ ਲੰਬਾ ਅਰਸਾ ਜਦੋਂ ਕੰਮ ਕਰਦੇ ਫੂਡ ਸੇਫਟੀ 'ਤੇ ਹੋ ਗਏ, ਅਤੇ ਮੇਰਾ ਖਿਆਲ ਮੇਰੀ ਜਗ੍ਹਾ ਹੋਰ ਵੀ ਕੋਈ ਹੋਵੇ ਤੁਹਾਨੂੰ ਵੀ ਇਹਦਾ ਚਿੰਤਾ ਹੋਣੀ ਚਾਹੀਦੀ ਵੀ ਨਿਕਲਿਆ ਕੇ ਵਿੱਚੋਂ, ਅਤੇ ਡਿਟੀਰੀਓਰੇਸ਼ਨ ਫੂਡ ਦੀ ਤਾਂ ਡੇ ਬਾਈ ਡੇ ਹੋ ਜਾਂਦੀ ਆ, ਨਵੀਆਂ ਨਵੀਆਂ ਅਡਲਟਰੈਂਟ ਐਡ ਕਰੀ ਜਾਂਦੇ ਆ ਜਿਹੜੀ ਕਦੇ ਸੋਚਿਆ ਵੀ ਨਹੀਂ, ਚਿੱਤ ਖਿਆਲ 'ਚ ਵੀ ਨਹੀਂ ਹੁੰਦਾ ਸਾਡੇ। ਸੋ ਮੈਂ ਉਹਦੇ 'ਚ ਜਿਹੜਾ ਮੈਨੂੰ ਇੱਦਾਂ ਲੱਗਦਾ ਸੀ ਵੀ ਆਪਾਂ ਲੋਕ ਜੇ ਇਕੱਲੇ ਸੈਂਪਲਿੰਗ ਐਨਫੋਰਸਮੈਂਟ ਦੇ ਸੈਂਪਲ, ਲੀਗਲ ਸੈਂਪਲ ਭਰਦੇ ਰਹੇ ਤਾਂ ਜਿਹੜਾ ਨਵਾਂ ਐਕਟ ਹੈ ਉਹਦੇ ਵਿੱਚ, ਕਿਉਂਕਿ ਤੁਸੀਂ ਕੋਈ ਵੀ ਦੇਖੋ ਜੇ ਮੇਰੇ ਤੋਂ RTI 'ਚ ਵੀ ਪਾ ਕੇ ਇਨਫੋਰਮੇਸ਼ਨ ਮੰਗੂਗੇ ਅਤੇ 100 'ਚੋਂ 4-5 ਅਨਸੇਫ ਹੁੰਦੇ, 3-4 ਸੈਂਪਲ ਅਨਸੇਫ ਹੁੰਦੇ, ਬਾਕੀ ਤਾਂ ਸਭ ਸਟੈਂਡਰਡ ਆਉਂਦੇ ਜਿਹੜੇ ਜ਼ਿਆਦਾ, ਅਤੇ ਪਾਸ ਹੁੰਦੇ ਉਹਨਾਂ ਦੀ ਗੱਲ ਨਾ ਕਰੀਏ, ਅਤੇ ਜਿਹੜੇ ਸਬ ਸਟੈਂਡਰਡ ਆਉਂਦੇ ਉਹਦੇ 'ਚ ਬੰਦਿਆਂ ਨੂੰ ਲੱਗਣ ਲੱਗ ਪਿਆ ਵੀ ਸਿਰਫ ਪੈਨਲਟੀ ਪੈਣੀ ਆ, ਜੁਰਮਾਨਾ ਪੈਣਾ ADC ਸਾਹਿਬ ਦੇ, ਅਤੇ ਉਹ ਪੈਨਲਟੀ ਨੂੰ ਕੋਈ ਬਹੁਤਾ ਨਹੀਂ ਸਮਝਦੇ, 5-10 ਹਜ਼ਾਰ ਪੈਨਲਟੀ ਪੈਂਦੀ ਹੈ ਵੀ ਕੋਈ ਗੱਲ ਨਹੀਂ ਸੈਂਪਲ ਇੱਦਾਂ ਹੋਜੂ ਤਾਂ ਕੋਈ ਗੱਲ ਨਹੀਂ, ਅਨਸੇਫ ਆਊ ਤਾਂ ਗੱਲ ਹੋਰ, ਅਨਸੇਫ ਘੱਟ ਆਉਂਦੇ। ਸੋ ਇਸ ਕਰਕੇ ਲੀਗਲ ਸੈਂਪਲਿੰਗ ਦਾ ਜਿਹੜਾ ਵਿਚਾਰ ਸੀਗਾ, ਮੈਨੂੰ ਲੱਗਿਆ ਵੀ ਇਹ ਥੋੜ੍ਹਾ ਜਿਹਾ ਨਾ ਗੱਡੀ ਜਿਹੜੀ ਨਾ ਥੋੜ੍ਹੇ ਦੂਜੇ ਪਾਸੇ ਮੋੜਨੀ ਚਾਹੀਦੀ ਆ, ਔਰ ਯਕੀਨ ਜਾਣਿਓ ਇਸ ਅਕਾਲ ਪੁਰਖ ਦੀ ਮਿਹਰ ਸਦਕਾ, ਤੁਹਾਡੀਆਂ ਆਸ਼ੀਰਵਾਦਾਂ ਸਦਕਾ ਅਸੀਂ ਉਹਦੇ 'ਚ ਸਫਲ ਵੀ ਹੋਏ। ਉਹ ਸੀ ਜਿਹੜਾ ਸਭ ਤੋਂ ਵੱਡਾ ਇੰਪੋਰਟੈਂਟ ਰਿਸਪੈਕਟ ਅਵੇਅਰਨੈਸ ਦਾ, ਲੋਕ ਜਾਗੇ, ਕਿਉਂਕਿ ਤੁਸੀਂ ਮੈਂ ਜਿੱਦਾਂ ਵੀ ਸੈਂਪਲਿੰਗ ਕੀਤੀ, ਜਿੱਥੇ ਜਿੱਥੇ ਵੀ ਜਾ ਕੇ ਦੇਖਿਆ, ਤੁਸੀਂ ਸਾਰਿਆਂ ਨੇ ਦੇਖਿਆ, ਮੈਂ ਅਵੇਅਰ ਕਰਨ ਦਾ ਕੰਮ ਨਾਲ ਕਰਦਾ ਸੀ, ਲੀਗਲ ਜਿਹੜਾ ਸੀ ਉਹਨੂੰ ਮੈਂ ਸੋਚਦਾ ਸੀ ਇੰਨਾ ਜ਼ਿਆਦਾ ਨਾ ਉੱਧਰ ਨੂੰ ਤੁਰੀਏ। ਸੋ ਉਹਦੇ ਵਿੱਚ ਕੀ ਫਿਰ ਮੈਨੂੰ ਇਹ ਲੱਗਦਾ ਸੀ ਵੀ ਜਿੱਦਾਂ ਕਿਤੇ ਵੀ ਤੁਸੀਂ ਸੈਂਪਲਿੰਗ ਕਰਦੇ ਹੋ, ਤੁਹਾਨੂੰ ਵਰਕਸ਼ਾਪ ਦਾ ਕਿਸੇ ਨੂੰ ਨਹੀਂ ਪਤਾ, ਕੇਕ ਜਿੱਥੋਂ ਬਣ ਕੇ ਆਇਆ, ਕੇਕ ਬਾਅਦ ਡਿਸਪਲੇ ਆ ਤੁਹਾਡੇ ਘਰਾਂ 'ਚ ਆ ਗਿਆ, ਪਰ ਜਿੱਥੇ ਬਣਿਆ ਉੱਥੇ ਤੁਹਾਨੂੰ ਥੋੜ੍ਹਾ ਪਤਾ ਗਟਰ ਦਾ ਢੱਕਣ ਖੁੱਲ੍ਹਾ, ਉੱਥੇ ਥੋੜ੍ਹਾ ਪਤਾ ਵੀ ਵਰਕਰ ਜਿਹੜੇ ਉਹ ਬੀੜੀ ਸਿਗਰਟ ਪੀ ਜਾਂਦੇ ਆ, ਤੰਬਾਕੂ ਖਾ ਕੇ ਥੁੱਕੀ ਜਾਂਦੇ, ਸਪਿਟ ਕਰੀ ਜਾਂਦੇ, ਉੱਥੇ ਜਾਲੀ ਨਹੀਂ ਹੈਗੀ, ਫਲਾਈ ਕੈਚਰ ਨਹੀਂ ਲੱਗੇ ਹੋਏ। ਸੋ ਇਹ ਚੀਜ਼ਾਂ ਜਿਹੜੀਆਂ, ਮੈਂ ਵਰਕਸ਼ਾਪ ਦਾ ਸਟੇਟਸ ਆ ਨਾ, ਮੈਂ ਕੋਸ਼ਿਸ਼ ਕੀਤੀ ਵੀ ਕਾਸ਼ ਲੋਕਾਂ ਨੂੰ ਇਹ ਦਿਖਾਵਾਂ ਵੀ ਲੋਕੀ ਦੇਖਣ, ਜਦੋਂ ਲੋਕਾਂ ਨੇ ਇਹ ਦੇਖਿਆ ਤੇ ਮੈਂ ਮਹਿਸੂਸ ਕੀਤਾ ਵੀ ਲੋਕੀ ਜਾਗੇ। ਤੁਸੀਂ ਦੇਖਿਆ, ਮੈਂ ਵਾਰ ਵਾਰ ਕਹਿੰਦਾ ਜਾਗੋ ਗ੍ਰਾਹਕ, ਜਾਗੋ ਜਾਗੋ, ਜੇ ਫੂਡ ਸੇਫਟੀ ਟੀਮ ਇਕੱਲੀ ਚਾਹੇਗੀ ਨਹੀਂ ਕੰਮ ਕਰ ਸਕਦੀ, ਫੂਡ ਸੇਫਟੀ ਵਾਲੇ ਜੇ ਚਾਹੁਣ ਇਕੱਲੇ ਹੀ ਕੰਮ ਕਰਨੇ, ਮੈਂ ਇੰਨਾ ਜ਼ਰੂਰ ਆ ਮੇਰੇ ਕਹਿਣ ਤੋਂ ਕਦੀ ਹਰ ਕਿਸੇ ਮਤਲਬ ਨਾ ਕੋਈ ਕੱਢ ਲਏ ਵੀ ਫੂਡ ਸੇਫਟੀ ਵਾਲੇ ਕੰਮ ਹੀ ਨਾ ਕਰਨ, ਨਹੀਂ ਇੱਦਾਂ ਨਹੀਂ ਹੁੰਦਾ, ਲੋਕੀ ਸਾਡੇ 'ਤੇ ਬਹੁਤ ਆਸਾਂ ਲਾ ਕੇ ਬੈਠੇ ਹੋਏ, ਸਾਡੇ ਗੋਚਰੇ ਬੈਠੇ ਹੋਏ, ਉਹ ਚਾਹੁੰਦੇ ਆ ਵੀ ਫੂਡ ਸੇਫਟੀ ਵਾਲੇ ਸਾਡਾ ਫੂਡ ਠੀਕ ਕਰਨਗੇ, ਕਿਉਂਕਿ ਉਹ ਉਹਨਾਂ ਨੇ ਥੋੜ੍ਹਾ ਕਰਨਾ ਕੰਮ, ਉਹਨਾਂ ਦੀ ਕੰਪਲੇਂਟ ਹੈ, ਗ੍ਰੀਵੈਂਸਿਸ ਹੈ, ਦੂਰ ਕਿੰਨੇ ਕਰਨੇ, ਆਪਾਂ ਕਰਨੇ। ਫਿਰ ਮੈਂ ਉਹਨੂੰ ਲੱਗਦਾ ਸੀ ਵੀ ਆਪਾਂ, ਔਰ ਮੈਂ ਤਾਂ ਸ਼ੁਰੂ ਤੋਂ ਮੇਰੀ 30 ਸਾਲ ਨੌਕਰੀ ਹੋ ਗਈ, ਔਰ ਮੇਰੀ ਕੋਈ ਬਾਹਰ ਦੀ ਨੌਕਰੀ ਨਹੀਂ ਵੀਰੋ, ਮੇਰੇ ਭੈਣੋ, ਮੈਂ ਸਾਰੀ ਨੌਕਰੀ ਹੁਸ਼ਿਆਰਪੁਰ 'ਚ ਕੀਤੀ ਹੈ। ਜੇ ਕੋਈ ਮੈਨੂੰ ਅੱਜ ਸੋਚੇ ਵੀ ਕਿਸੇ ਹੋਰ ਪਰਪਜ਼ ਲਈ ਇਹ ਕੰਮ ਬੜਾ ਕਰਦਾ, ਹਾਈਲਾਈਟ ਹੁੰਦਾ,
ਪਾਪੂਲੈਰਿਟੀ ਵਿੱਚੋਂ ਨਿਕਲਿਆ ਹੀ, ਸਨਮਾਨ ਵਿੱਚੋਂ ਨਿਕਲਿਆ, ਅਵਾਰਡ ਸਭ ਕੁਛ ਮਿਲਿਆ, ਪਰ ਇਸ ਪਰਪਜ਼ ਲਈ ਮੈਂ ਹਰ ਕਿਸੇ ਨਹੀਂ ਸੀ ਕੰਮ ਕੀਤਾ। ਮੈਂ ਐਕਸਕਲੂਸਿਵਲੀ ਫੂਡ ਸੇਫਟੀ ਲਈ ਕੰਮ ਕਰਨਾ ਚਾਹਿਆ ਅਤੇ ਮੈਂ ਕੀਤਾ। ਵਾਹਿਗੁਰੂ ਦੀ ਤੁਹਾਡੀ ਅਸੀਸਾਂ ਸਦਕਾ ਕਰ ਪਾਇਆ, ਸਫਲ ਵੀ ਹੋਇਆ। ਅੱਜ ਉਹਦੀ ਬਦੌਲਤ ਹੈ ਵੀ ਜਿਹਦੀ ਅਨਨੋਨ ਜਗ੍ਹਾ ਤੇ ਜਾ ਕੇ ਵੀ ਮੈਂ ਖੜਾ ਹੁੰਦਾ, ਮੈਂ ਸਟਰੇਂਜਰ ਹੋਣਾ ਸੀ, ਉਹਨਾਂ ਲਈ ਅਜਨਬੀ ਹੋਣਾ ਸੀ, ਪਰ ਲੋਕ ਉੱਥੇ ਆ ਕੇ ਵੀ ਕਹਿੰਦੇ ਆ ਵੀ ਸਰ ਤੁਸੀਂ ਉਹੀ ਨਹੀਂ ਫੂਡ ਸੇਫਟੀ ਵਾਲੇ। ਅਤੇ ਮੈਂ ਕਈ ਵਾਰੀ ਮਹਿਸੂਸ ਵਾਰ ਵਾਰ ਇੱਕ ਗੱਲ ਕਰਦਾ ਹੁੰਦਾ ਵੀ ਯਾਰ ਜੇ ਆਪਾਂ ਓਨੈਸਟਲੀ ਕੰਮ ਕੀਤਾ, ਜੇ ਆਪਾਂ ਡੈਡੀਕੇਸ਼ਨ ਨਾਲ ਕੰਮ ਕੀਤਾ, ਕੋਈ ਆਸਾਨ ਥੋੜ੍ਹਾ, ਕਿੰਨੀ ਬਲਕ ਵਿੱਚ ਤਨਖਾਹ ਮੈਨੂੰ ਮਿਲਦੀ ਉਹਦੇ ਬਦਲੇ 'ਚ। ਮੈਂ ਪਹਿਲਾਂ ਵੀ ਕਿਹਾ ਵੀ ਸਾਡਾ ਜਿਹੜਾ ਅੱਜ ਡੀ ਐਚ ਓ ਕੋਈ ਵੀ ਲੱਗਾ ਆ ਉਹਨੂੰ 10,000 ਰੁਪਇਆ ਡੇਲੀ ਦਿਹਾੜੀ ਮਿਲਦੀ ਆ, ਇਹ ਤੋਂ ਜ਼ਿਆਦਾ ਹੀ ਮਿਲਦੀ ਹੋਊਗੀ, ਇਹ ਤੋਂ ਜ਼ਿਆਦਾ ਮਿਲਦੀ ਹੋਊ। ਅਤੇ 10,000 ਜੇ ਹੁਸ਼ਿਆਰਪੁਰ ਇਕੱਲੇ ਦੀ ਐਵਰੇਜ ਕੱਢ ਲਈਏ ਨਾ, ਐਵਰੇਜ ਪਾਪੂਲੇਸ਼ਨ ਦੇ ਹਿਸਾਬ ਨਾਲ 10,000 ਇਨਕਮ ਨਹੀਂ ਹੋਣੀ ਪਰ ਬੰਦਾ, ਇਹਦਾ ਮਤਲਬ ਯਾਰ ਕਿੰਨਾ ਵੱਡੀਆਂ ਸੈਲਰੀਆਂ ਸਾਨੂੰ, ਜਿਹੜਾ ਵਿਚਾਰੇ ਨੂੰ ਮਹੀਨੇ 'ਚ ਨਹੀਂ ਲੋਕ, ਮਤਲਬ ਪ੍ਰਾਈਵੇਟ ਸੈਕਟਰ 'ਚ 10,000 ਤਨਖਾਹ ਨਹੀਂ ਮਿਲਦੀ ਕਿਸੇ ਨੂੰ, ਕਿੰਨਾ ਰਗੜਾ ਵੀ ਚੰਗਾ ਲਾਉਂਦੇ ਆ। ਫਿਰ ਪਤਾ ਨਹੀਂ ਹੁੰਦਾ ਕੱਲ ਨੂੰ ਉਹਨਾਂ ਨੇ ਬੰਦਿਆਂ ਨੇ ਤੁਹਾਡੇ ਕਿਸ ਕਾਰਨ ਕਰਕੇ ਕਹਿਣਾ ਜਾ ਕਰਨਾ, ਇੱਥੇ ਤਾਂ ਸਿਕਿਉਰਿਟੀ ਕਿੰਨੀ ਜੋਬ ਦੀ, ਫਿਰ ਕਿਉਂ ਨਹੀਂ ਆਪਾਂ ਕੰਮ ਕਰਨਾ ਚਾਹੀਦਾ। ਔਰ ਜਿਹੜਾ ਉਹਦੇ ਵਿੱਚ ਜੋ ਉਹਦੇ ਬਦਲੇ 'ਚ ਮਿਲਿਆ ਨਾ ਜੋ ਉਹ ਤਾਂ ਦੱਸਿਆ ਹੀ ਨਹੀਂ ਜਾ ਸਕਦਾ। ਹਾਂ ਪਰ ਇੰਨਾ ਜ਼ਰੂਰ ਆ, ਮੈਂ ਮਹਿਸੂਸ ਕਰਦਾ ਹੁੰਦਾ ਵੀ ਅਜੇ ਬੜੇ ਕੰਪੋਨੈਂਟ ਆ ਸੁਸਾਇਟੀ 'ਤੇ ਜਿਹੜੇ ਹੋਰ ਵੀ ਕਰੈਕਟ ਕੀਤੇ ਜਾ ਸਕਦੇ ਆ, ਠੀਕ ਕੀਤੇ ਜਾ ਸਕਦੇ, ਕਾਸ਼ ਸਾਡੀ ਨੀਅਤ ਖਰੀ ਹੋਵੇ। ਔਰ ਮੈਂ ਚਾਹੂੰਗਾ ਇਸ ਮੁਲਕ ਦੇ ਵਾਸਤੇ, ਇਸ ਸਟੇਟ ਸੂਬੇ ਵਾਸਤੇ, ਪੰਜਾਬ ਵਾਸਤੇ, ਪਹਿਲਾਂ ਤਾਂ ਛੋਟਾ ਹੀ ਟੀਚਾ ਰੱਖ ਲੈਣਾ ਚਾਹੀਦਾ ਬੰਦੇ ਨੂੰ, ਵੱਡਾ ਬਾਅਦ 'ਚ ਹੋਰ ਤੁਰਦਾ ਜਾਵੇ। ਮੈਂ ਤਾਂ ਪੰਜਾਬ ਤੋਂ ਲੈ ਕੇ ਚੱਲਦਾ ਵੀ ਹਾਲ ਦੀ ਘੜੀ ਸੂਬੇ ਨੂੰ ਲੈ ਕੇ ਚੱਲੀਏ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸ਼ੁਰੂ ਕੀਤਾ ਸੀਗਾ, ਸੂਬੇ ਵੱਲ ਵਧਾਂਗੇ, ਫਿਰ ਇੰਡੀਆ ਦੇ ਵਿੱਚ ਵੀ ਫੂਡ 'ਤੇ ਓਨੈਸਟਲੀ ਕੰਮ ਕਰੂੰਗਾ, ਔਰ ਜਿੱਥੇ ਜਿੱਥੇ ਲੱਗੂਗਾ ਮੈਨੂੰ ਵੀ ਮੈਂ ਕਰ ਸਕਦਾ। ਔਰ ਮੇਰਾ ਤੁਸੀਂ ਤੁਹਾਡੇ ਕੋਲ ਸਭ ਕੁਛ ਹੈ, ਸੋਰਸਿਸ ਹੈ, ਸਰਕਾਰਾਂ ਕੋਲ ਡਿਪਾਰਟਮੈਂਟਸ ਹੈ, ਵਿਜੀਲੈਂਸ ਡਿਪਾਰਟਮੈਂਟ ਆ, ਹੋਰ ਬੜਾ ਕੁਛ ਹੈ ਜਿਹੜੇ ਬੰਦੇ ਦੇ ਹਰ ਪੱਖ ਨੂੰ ਦੇਖ ਸਕਦੇ, ਜਾਂਚ ਕਰ ਸਕਦੇ ਵੀ ਇਹ ਬੰਦਾ ਕਰਪਟ ਕਿੰਨਾ ਕੁ ਹੈ, ਕਿੰਨੇ ਕੁ 2 ਨੰਬਰ ਦਾ ਪੈਸਾ ਬਣਾਇਆ ਸਰਕਾਰ ਕੋਲ। ਮੇਰੇ ਕਹਿਣ ਦੀਆਂ ਗੱਲਾਂ ਨੇ, ਸਾਰ ਕੋਲ ਬੜੀਆਂ ਸਰਕਾਰੀ ਏਜੰਸੀਆਂ ਹੈਗੀਆਂ ਜਿਹੜੀਆਂ ਬੰਦੇ ਨੂੰ ਵਾਚ ਸਕਦੀਆਂ, ਵਾਚਦੀਆਂ ਵੀ ਹੋਣੀਆਂ। ਸੋ ਮੇਰਾ ਖਿਆਲ ਆ ਵੀ ਆਉਂਦੇ ਸਮੇਂ 'ਚ ਮੈਂ ਵਾਹਿਗੁਰੂ ਤੋਂ ਆਸ਼ੀਰਵਾਦ ਮੰਗਦਾ ਵੀ ਹੇ ਅਕਾਲ ਪੁਰਖ ਕਿਰਪਾ ਕਰਨਾ, ਇਹ ਤਾਂ ਪੰਜਾਬ ਦੀ ਧਰਤੀ ਦਾ ਬੜਾ ਵੱਡਾ ਕਰਜ਼ ਹੈ ਸਾਡੇ 'ਤੇ, ਬਹੁਤ ਵੱਡਾ ਕਰਜ਼ ਹੈ, ਤਿਲ ਫੁੱਲ ਮੈਂ ਕਰਜ਼ ਲਾ ਸਕਾਂ ਅਤੇ ਮੈਂ ਇਸ ਪੰਜਾਬ ਲਈ ਮਿਹਨਤ ਕਰਕੇ ਜਾਊਂਗਾ, ਆਖਰੀ ਸਾਹ ਮੈਂ ਇਹਦੇ ਲਈ ਲਾਸਟ ਬ੍ਰੈਥ ਲਊਂਗਾ ਜਿਹੜਾ ਮੈਂ ਇਸ ਪੰਜਾਬ ਲਈ। ਔਰ ਤੁਹਾਡੀਆਂ ਅਸੀਸਾਂ ਸਦਕਾ ਮੈਂ ਚਾਹੂੰਗਾ ਵੀ ਮੇਰੇ 'ਤੇ ਕੋਈ ਕਿਸੇ ਤਰ੍ਹਾਂ ਦਾ ਪ੍ਰਭੂ ਕਾਲਾ ਧੱਬਾ ਨਾ ਲੱਗੇ, ਮੈਂ ਕੋਈ ਤੋਂ ਮੇਰਾ ਇਮਾਨ ਮੈਨੂੰ ਬਚਾ ਕੇ ਰੱਖਣਾ, ਹੰਕਾਰ ਕਿਸੇ ਚੀਜ਼ ਦਾ ਨਹੀਂ ਕੀਤਾ ਜਾ ਸਕਦਾ, ਦਾਅਵੇ ਨਹੀਂ ਕੀਤੇ ਜਾ ਸਕਦੇ, ਅਸੀਸਾਂ ਹੀ ਮੰਗੀਆਂ ਜਾ ਸਕਦੀਆਂ ਟਿਕਾਣੇ ਰੱਖਣ ਲਈ। ਔਰ ਮੈਂ ਇਹੀ ਕਹਿੰਦਾ ਵਾਰ ਵਾਰ, ਫਿਰ ਮੇਰਾ ਲਾਸਟ ਵਿੱਚ ਇਹੀ ਹੈ ਵੀ ਮੇਰੇ ਵੀਰੋ ਭਰਾਵੋ, ਤੁਸੀਂ ਤੁਹਾਨੂੰ ਕੋਈ ਤੱਕੇ ਨਾ ਨਹੀਂ ਤੁਹਾਡੇ ਘਟੀਆ ਕਿਸਮ ਦੀ ਚਟਣੀ ਮੂੰਹ 'ਚ ਪਾ ਦਿੰਦਾ, ਜੇ ਉਹ ਗੋਲ ਗੱਫੇ ਅਨਹਾਈਜੀਨਿਕ ਹਾਲਾਤਾਂ 'ਚ ਬਣਾਉਂਦਾ ਤਾਂ ਤੁਹਾਨੂੰ ਸੱਦ ਕੇ ਥੋੜ੍ਹਾ ਆਉਂਦਾ ਵੀ ਇਨਵੀਟੇਸ਼ਨ ਥੋੜ੍ਹਾ ਉਹਨੇ ਭੇਜਿਆ ਵੀ ਆਓ ਮੇਰੇ ਰੇਹੜੀ 'ਤੇ ਖਾਓ, ਬਾਈਕਾਟ ਕਰੀਏ ਇਹੋ ਜਿਹਾ ਜੇ ਕੋਈ ਗੰਦ ਖਿਲਾਉਂਦਾ, ਨਹੀਂ ਜਾਣਾ ਉਹਦੀ ਰੇਹੜੀ 'ਤੇ 100%। ਔਰ ਰੇਹੜੀ ਚੱਕ ਲਊਗਾ ਔਰ ਰੇਹੜੀ ਤੱਕ ਕੰਮ ਪ੍ਰੋਫੈਸ਼ਨ ਫੂਡ ਦਾ ਬੰਦ ਕਰਕੇ ਪੱਕਾ, ਜਿੱਦਾਂ ਉਹਦੇ ਬਾਕੀ ਭਰਾ ਪ੍ਰਵਾਸੀ ਜਾਂ ਕੋਈ ਹੋਰ ਪੱਥਰ ਲਗਾਉਣ ਦਾ ਕੰਮ ਕਰਦੇ, ਵੁੱਡ ਦਾ ਕੰਮ ਕਰਦੇ, ਕਲਰ ਦਾ ਕਰਦੇ, ਪੀ ਓ ਪੀ ਦਾ ਕਰਦੇ ਆ, ਪੱਕਾ ਉੱਧਰ ਨੂੰ ਤੁਰ ਪਊਗਾ। ਮੈਂ ਕਹਿੰਦਾ ਹੈ ਵੀ ਵਾਰ ਵਾਰ, ਕਿਉਂਕਿ ਫੂਡ ਦਾ ਮਾਮਲਾ ਬੱਚੇ ਤੋਂ ਜਨਮ ਤੋਂ ਲੈ ਕੇ ਮਰਨ ਤੱਕ ਦੇ ਬੰਦੇ ਨਾਲ ਜੁੜਿਆ ਹੋਇਆ, ਹਰ ਬੰਦੇ ਦਾ ਕੰਸਰਨ ਹੈ, ਹਰ ਬੰਦਾ ਚਾਹੁੰਦਾ ਹੈ। ਔਰ ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਉਹਦੀ ਥਾਲੀ 'ਚ ਪਈ ਹੋਈ ਚੀਜ਼ ਕਿੰਨੀ ਕੁ ਮਿਆਰੀ ਹੈ, ਕਿੰਨੀ ਕੁ ਸੇਫ ਹੈ। ਮੈਂ ਅੱਜ ਦਾ ਮੈਂ ਇੰਨਾ ਕਿ ਤੁਹਾਡੇ ਸਭ ਦੇ ਚਰਨਾਂ 'ਚ ਇਹਦੇ ਨਾਲ ਹੀ ਹਾਜ਼ਰੀ ਲਾਉਣੀ ਚਾਹੁੰਦਾ ਸੀਗਾ।
ਔਰ ਮੈਂ ਇਹ ਕਹਿੰਦਾ ਸਾਡਾ ਸਾਥ ਦਿਓ, ਸਾਰੇ ਸਾਡਾ ਸਾਥ ਦਿਓ, ਆਪਾਂ ਰੈਵੋਲਿਊਸ਼ਨ ਲੈ ਆਵਾਂਗੇ, ਮੇਰਾ ਪ੍ਰੋਮਿਸ ਹੈ ਤੁਹਾਡੇ ਨਾਲ, ਕ੍ਰਾਂਤੀ ਆਊਗੀ, ਬਲਕ 'ਚ ਕ੍ਰਾਂਤੀ ਆਊਗੀ ਜਿਹੜੀ ਅਸੀਂ, ਮੈਨੂੰ ਮੇਰੇ ਯਾਰ ਕਹਿੰਦੇ ਹੁੰਦੇ ਸੀ, ਮੈਨੂੰ ਟੀਚਰਾਂ ਟੀਜ਼ ਕਰਦੇ ਹੁੰਦੇ ਸੀ, ਤੂੰ ਬੜਾ ਐਂ ਕਰਦਾ ਉਹ ਕਰਦਾ, ਕੱਖ ਨਹੀਂ ਬਣਨਾ ਇੱਥੇ, ਕੁਛ ਨਹੀਂ ਹੋਣਾ, ਇਹ ਸਭ ਲੋਕੀ ਢੀਠ ਹੈ। ਨਹੀਂ, ਲੋਕੀ ਜਾਗੇ, ਅਵੇਅਰ ਹੋਏ, ਢੀਠ ਨਹੀਂ ਹੈਗੇ। ਅੱਜ ਜੇ ਕੋਈ ਓਨੈਸਟਲੀ ਕੰਮ ਕਰਦਾ ਬੰਦਾ, ਉਹਨਾਂ ਦੀ ਖਾਤਰ, ਫੋਰ ਦਾ ਸੇਕ ਆਫ ਸੁਸਾਇਟੀ ਕੰਮ ਕਰਦਾ, ਤਾਂ ਲੋਕੀ ਤਿਆਰ ਬੈਠੇ ਹੱਥੀ ਛਾਵਾਂ ਕਰਨ ਨੂੰ, ਪਲਕਾਂ 'ਤੇ ਬਿਠਾਉਣ ਲਈ ਲੋਕੀ ਬੈਠੇ ਆ। ਐਵੇਂ ਅਸੀਂ ਸੋਚਦੇ ਕੁਛ ਨਹੀਂ ਮਿਲਦਾ, ਸਭ ਕੁਛ ਪਿਆਰ ਮਿਲਦਾ, ਅਸੀਸਾਂ ਮਿਲਦੀਆਂ। ਮੈਂ ਇਹੀ ਕਹਿਣਾ ਕਿ ਤੁਸੀਂ ਨਾ ਸਾਡਾ ਬਸ ਹੱਥ ਬਣਾਈ ਰੱਖਿਓ, ਬਸ ਤੁਸੀਂ ਦੇਖਣਾ ਵੀ ਕੋਈ ਕੋਈ ਗੱਲ ਨਹੀਂ ਤੁਹਾਨੂੰ ਮਿਲੂਗੀ ਨੈਗੇਟਿਵ, ਮਿਹਨਤ ਕਰਾਂਗੇ ਡਟ ਕੇ ਤੁਹਾਡੀ ਖਾਤਰ, ਮਤਲਬ ਦੂਜਾ ਪੱਖ ਨਹੀਂ ਮਿਲੂਗਾ ਤੁਹਾਨੂੰ। ਪੇ ਕਰਪਸ਼ਨ, ਅੱਜ ਇੱਧਰ ਨੂੰ ਪੈਸੇ ਵੱਲ ਨੂੰ ਤੁਰ ਪਿਆ, ਮਟੀਰੀਅਲਿਜ਼ਮ ਵਾਲੀ ਸੋਚ, ਭੌਤਿਕਵਾਦੀ ਸੋਚ ਪਹਿਲਾਂ ਨਹੀਂ ਬਣੀ, ਔਰ ਬਥੇਰੀ ਹੈ 3 ਸਾਲ ਦੇ DHO ਸ਼ਿਪ। ਮੈਨੂੰ ਲੱਗਦਾ ਜੇ ਪੈਸੇ ਕਮਾਉਣ ਦਾ ਕੰਮ ਕਰਨਾ ਹੁੰਦਾ ਨਾ, ਤਾਂ ਪੀਰੀਅਡ ਆ ਮੇਰਾ ਟ੍ਰਾਇਲ ਸੀ, ਉਹ ਵੀ ਲੰਘ ਗਿਆ, ਕਰੋਨਾ ਅਤੇ ਕੋਵਿਡ 'ਚ ਕੰਮ ਕੀਤਾ ਇੰਨਾ, ਜਦੋਂ ਮੇਰੀ ਬਣਦੀ ਵੀ ਨਹੀਂ ਸੀ ਡਿਊਟੀ, ਮੈਂ ਉਦੋਂ DHO ਸੀ, ਮੈਂ ANM ਵਾਲਾ ਕੰਮ ਕੀਤਾ, ਕੋਈ ਓਬਲੀਗੇਸ਼ਨ ਨਹੀਂ ਹੈਗੀ। ਪਰ ਮੈਂ ਕਹਿੰਦਾ ਜੇ ਅੱਜ ਕੋਈ ਮੇਰੇ 'ਤੇ ਸਵਾਲ ਉਠਾਉਂਦਾ ਨਾ, ਤਾਂ ਮੈਂ ਉਦੋਂ ਵੀ ਕੰਮ ਕੀਤਾ, ਡੈੱਡ ਬੋਡੀਆਂ ਦੇ ਕ੍ਰਿਮੇਸ਼ਨ, PPE ਕਿੱਟਾਂ ਪਾ ਕੇ ਆਪ ਖੁਦ ਕੀਤੇ ਮੈਂ ਸਾਰੇ, ਇਹ ਸਾਰਾ ਇਤਿਹਾਸ ਬਣਿਆ ਪਿਆ ਹੁਸ਼ਿਆਰਪੁਰ 'ਚ। ਕਿਤੇ ਪੁੱਛ ਲਏ, ਜਦੋਂ ਕੋਈ ਵੈਕਸੀਨ ਨਹੀਂ ਸੀ ਲਾਉਂਦਾ, ਡਰਦਾ ਬੰਦਾ, 20,000 ਬੰਦੇ ਨੂੰ 1 ਮਹੀਨੇ 'ਚ ਵੈਕਸੀਨ ਲਾਤੀ, ਸ਼ੁਰੂਆਤ 'ਚ ਲੋ ਇੰਨਾ ਪਿਆਰ, ਔਰ ਮੇਰੀ ਤਾਂ ਪਛਾਣ ਹੀ ਕੋਵਿਡ ਵਾਰੀਅਰ ਕਰਕੇ ਹੋਈ ਸੀ ਪਹਿਲਾਂ। ਸੋ ਮੈਂ ਤੁਹਾਡੇ 'ਚ ਅਗਲੀ ਵਾਰੀ ਫਿਰ ਹੋਰ ਤੁਹਾਡੇ ਨਾਲ ਸਾਂਝ ਪਾਵਾਂਗਾ, ਅਤੇ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਮੇਰੇ ਵੀਰੋ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ।